ਤੁਹਾਡਾ ਸਵਾਗਤ ਕਰਦੇ ਹਾਂ ਸਾਡੇ YouTube ਚੈਨਲ ਉੱਪਰ। ਅੱਜ ਆਪਾਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੀਆਂ ਸਭ ਤੋਂ ਵੱਧ ਫੀਸ ਲੈਣ ਵਾਲੀਆਂ ਹੀਰੋਇਨਸ ਕੌਣ ਨੇ ਤੇ ਉਹਨਾਂ ਦੀ ਨੈਟਵਰਥ ਕਿੰਨੀ ਆ। ਸਟਾਰਟ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣ ਜ਼ਰੂਰ ਕਰ ਲਓ ਤਾਂ ਕਿ ਅਸੀਂ ਤੁਹਾਡੇ ਨਾਲ ਹੋਰ ਅਜਿਹੀਆਂ ਵੀਡੀਓ ਸ਼ੇਅਰ ਕਰ ਸਕੀਏ। ਚਲੋ ਬਿਨਾਂ ਹੋਰ ਕਿਸੇ ਗੱਲ ਤੋਂ ਸ਼ੁਰੂ ਕਰਦੇ ਹਾਂ ਆਪਣੇ ਟੌਪਿਕ ਨੂੰ। ਸਭ ਤੋਂ ਪਹਿਲਾਂ ਨੰਬਰ 5 ਤੇ ਆਉਂਦੇ ਨੇ ਮੈਂਡੀ ਟੱਕਰ, ਜੋ ਇੱਕ ਫਿਲਮ ਕਰਨ ਲਈ ਚਾਰਜ ਕਰਦੇ ਨੇ ਲਗਭਗ 60 ਲੱਖ ਰੁਪਏ ਤੇ ਉਹਨਾਂ ਦੀ ਨੈਟਵਰਥ ਹੈ 1.5 ਮਿਲੀਅਨ ਡਾਲਰ। ਇਸ ਤੋਂ ਬਾਅਦ ਨੰਬਰ 4 ਤੇ ਆਉਂਦੇ ਨੇ ਸਰਵੀਨ ਚਾਵਲਾ ਮੈਮ, ਜਿਨ੍ਹਾਂ ਦੀ ਇੱਕ ਫਿਲਮ ਦੀ ਫੀਸ ਹੈ 1 ਕਰੋੜ ਰੁਪਏ ਤੇ ਉਹਨਾਂ ਦੀ ਨੈਟਵਰਥ ਪੂਰੇ 3 ਮਿਲੀਅਨ ਡਾਲਰਸ ਦੀ ਹੈ। ਨੰਬਰ 3 ਤੇ ਆਉਂਦੇ ਨੇ 33 ਤੋਂ ਵੀ ਵੱਧ ਫਿਲਮਾਂ 'ਚ ਕੰਮ ਕਰ ਚੁੱਕੇ ਨੀਰੂ ਬਾਜਵਾ ਮੈਮ। ਨੀਰੂ ਬਾਜਵਾ ਮੈਮ ਇੱਕ ਮੂਵੀ ਲਈ ਚਾਰਜ ਕਰਦੇ ਨੇ 1 ਤੋਂ 2 ਕਰੋੜ ਰੁਪਏ ਤੇ ਨੀਰੂ ਬਾਜਵਾ ਮੈਮ ਦੀ ਨੈਟਵਰਥ ਪੂਰੇ 15 ਮਿਲੀਅਨ ਡਾਲਰਸ ਦੀ ਹੈ। ਇਸ ਤੋਂ ਬਾਅਦ ਨੰਬਰ 2 ਤੇ ਆਉਂਦੇ ਨੇ ਸੋਨਮ ਬਾਜਵਾ, ਜਿਨ੍ਹਾਂ ਨੂੰ ਇੱਕ ਫਿਲਮ 'ਚ ਕੰਮ ਕਰਨ ਲਈ ਮਿਲਦੇ ਨੇ ਲਗਭਗ 2 ਤੋਂ 3 ਕਰੋੜ ਰੁਪਏ ਪਰ ਸੋਨਮ ਬਾਜਵਾ ਦੀ ਨੈਟਵਰਥ ਹੈ 5 ਮਿਲੀਅਨ ਡਾਲਰਸ। ਐਂਡ ਲਾਸਟ ਨੰਬਰ 1 ਤੇ ਆਉਂਦੇ ਨੇ ਸਿੰਮੀ ਚਾਹਲ, ਜੋ ਇੱਕ ਮੂਵੀ 'ਚ ਕੰਮ ਕਰਨ ਲਈ ਚਾਰਜ ਕਰਦੇ ਨੇ 5 ਤੋਂ 6 ਕਰੋੜ ਰੁਪਏ ਵਰਗੀ ਮੋਟੀ ਰਕਮ ਤੇ ਇਹਨਾਂ ਦੀ ਨੈਟਵਰਥ ਹੈ 129 ਮਿਲੀਅਨ ਇੰਡੀਅਨ ਰੁਪੀਸ, ਜੋ ਕਿ ਬਹੁਤ ਜ਼ਿਆਦਾ ਹੈ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ।